किसान नेता जुगेंद्र सिंह उग्राहा का बड़ा बयान, 20 से लेकर 24 दिसंबर तक सरकार के खिलाफ डटेंगे किसान, जो मांगे मानकर लागू नहीं कर रही सरकार। सबसे बड़ी मांग कर्जदारी, रोजगार और नशा, इसका लिया जाएगा हिसाब। अगर नहीं हुआ तो आने वाले इलेक्शन में सरकार को दिखा देंगे अपनी ताकत। किसानी संघर्ष की जीत का मतलब लोग अब जाग चुके हैं, इनको लड़ना आ गया है। भाजपा पंजाब की चाहे 117 सीटों पर चुनाव लड़े पर नहीं मिलेगा वोट। कोई भी किसान नेता इलेक्शन लड़ सकता है, हमें कोई एतराज नहीं, लेकिन हमारा संगठन नहीं देगा किसी का साथ। पंजाब के साथ टोल प्लाजा पर हमारा संघर्ष जारी रहेगा जितनी देर पुरानी रेट लिस्ट पर सहमति नहीं मिलती। सूझबूझ का सारा निराली है, किसी एक की है नहीं, तो अगले संघर्ष का सगो ली हुई है, अगह पैर धरिया, लोगों को यह पता लग गया भी लड़ाई ना जितया जाता, कुछ एहसास होया, हौसला पे अगे वास्ते अंदोलन लड़नगे। जिही हालत बन रही है वो मुताबिक लौड़ सी दिशा लोगों लभ गई, तो इस दिशा से चलते हुए अगले अंदोलन लड़नगे जितन। अगे 5 दिनों का ऐलान किया है डीसी दफ्तर का घराव करने के लिए, की प्रोग्राम ने जी? वो जिहड़ियां सरकार ने फौरी मनिया हुई ने मंगा, हुणे उन्होंने मंगे मनिया ने थोड़े चम लागू नहीं कीतियां, जिन्ना क टाइम बचे तो इनिया क ने वो लागू करवाउणियां ने। जिहड़ियां चोणां वेले वादे कीतियां ने, तीन मंगा ने बहुत वड्डियां ने, जिहड़ियां एक नशा का खात्मा, करजे का खात्मा, एक रुजगार वाली, तीन मंगा भी वो सरकार तो पुछना है, ये हिसाब किताब लेना। पंजाब सरकार दे नाल तुहाडी मीटिंग भी होनी सी पर लेकिन उहनूं जिहड़ा हैगा अग्गे पा दित्ता गया, उहनूं किवें? मीटिंग दे विच लक्कड़ दे मुंडे दंदा हुंदा, उह असीं लैणे नहीं जी। ਕੀ ਲੱਗਦਾ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਇਹਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਖਮਿਆਜਾ ਭੁਗਤਣਾ ਪਊਗਾ? ਇਹ ਤਾਂ ਹੁਣ ਕੰਨ 'ਤੇ ਲਿਖਿਆ ਪੜ੍ਹਨਾ, ਲੋਕ ਦੇਖਣ ਲੋਕ ਕੀ ਚਾਹੁੰਦੇ ਆ ਜੀ, ਲੈ ਲੈਣਗੇ ਹਿਸਾਬ ਕਿਤਾਬ ਲੋਕ। ਪਰ 2022 ਦੀਆਂ ਜਿਹੜੀ ਵਿਧਾਨ ਸਭਾ ਚੋਣਾਂ ਨੇ ਜੀ, ਉਹਦੇ ਲਈ ਜਿਹੜੇ ਹੈਗੇ ਤੁਹਾਡੇ ਕੁਛ ਕਿਸਾਨ ਆਗੂ ਵੀ ਤਿਆਰੀ ਕਰ ਰਹੇ ਨੇ? ਹੱਕ ਹੀ ਅਗਲੇ ਨੂੰ, ਕੋਈ ਵੀ ਲੜ ਸਕਦਾ, ਤੂੰ ਵੀ ਲੜ ਸਕਦਾ। ਕਿਵੇਂ ਦੇਖਦੇ ਹੋ ਤੁਸੀਂ, ਤੁਹਾਡੀ ਜਥੇਬੰਦੀ ਸਾਥ ਦੇਊਗੀ ਰਾਜਨੀਤਿਕ ਲੋਕਾਂ ਦਾ? ਨਹੀਂ, ਸਾਡੀ ਜਥੇਬੰਦੀ ਕਿਸੇ ਦਾ ਸਾਥ ਨਹੀਂ ਦਿੰਦੀ, ਵੋਟ ਜਿਹਦੀ ਮਰਜ਼ੀ ਜਿੱਥੇ ਮਰਜ਼ੀ ਪਾਏ, ਜਥੇਬੰਦੀ ਦੇ ਤੌਰ 'ਤੇ ਕੋਈ ਫੈਸਲਾ ਨਹੀਂ ਕਰਦੇ। ਬੀਜੇਪੀ 117 ਸੀਟਾਂ 'ਤੇ ਆਪਣੇ ਬੰਦੇ ਖੜ੍ਹੇ ਕਰ ਰਹੀ ਹੈ, ਕਹਿੰਦੀ ਕਿ ਸਰਕਾਰ ਬਣਾਵਾਂਗੇ ਅਸੀਂ ਪੰਜਾਬ ਦੇ ਵਿੱਚ। ਖੜ੍ਹੇ ਤਾਂ ਉਹ 117 ਨਹੀਂ, 217 'ਤੇ ਕਰ ਲਵੇ, ਕਾਗਜ਼ ਵੀ ਭਰਨਗੇ ਆਉਣਗੇ ਨਾ, ਲੋਕਾਂ ਦਾ ਸਾਹਮਣਾ ਤਾਂ ਕਰਨਗੇ, ਕੋਈ ਵੋਟ ਦੇਊਗਾ ਤਾਂ ਹੀ, ਇਹ ਤਾਂ ਲੋਕਾਂ ਨੇ ਫੈਸਲਾ ਕਰਨਾ, ਚਾਹੇ 17 ਨੂੰ ਜਿਤਾ ਦੇਣ, ਚਾਹੇ ਸਾਰਿਆਂ ਦੀ ਜ਼ਬਾਨ ਤਾਂ ਜ਼ਬਤ ਕਰ ਦੇਣ। ਟੋਲ ਪਲਾਜ਼ੇ ਨੂੰ ਲੈ ਕੇ ਪ੍ਰਧਾਨ ਜੀ, ਕੀ ਜਿਹੜਾ ਹੈਗਾ ਆਪਣੇ ਅੱਗੇ ਸੰਘਰਸ਼ ਲਿਖਿਆ ਗਿਆ? ਦੇਖੋ, ਟੋਲ ਪਲਾਜ਼ੇ ਵਧੀਆਂ ਹੋਈਆਂ ਫੀਸਾਂ ਲਾਗੂ ਨਹੀਂ ਹੋਣ ਦੇਣੀਆਂ, ਅਸੀਂ ਘੋਲ ਦੇ ਸਿਰ 'ਤੇ ਕਿਉਂ ਕਣਕ ਮੜੀਏ, ਪੁਰਾਣੀਆਂ ਫੀਸਾਂ ਲੈ ਲਓ, ਸਾਡਾ ਤਾਂ ਪੁਰਾਣੀਆਂ 'ਤੇ ਵੀ ਰੌਲਾ ਹੈ, ਇਹ ਟੋਲ ਪਲਾਜ਼ੇ ਲਾਏ ਕਿਉਂ ਨੇ, ਇਹ ਸਰਕਾਰੀ ਹੋਣ, ਅਸੀਂ ਪੈਸਾ ਦੇਈਏ, ਸਾਡਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਵੇ, ਉਹ ਸਰਕਾਰੀ ਖਜ਼ਾਨੇ 'ਚ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ। ਪ੍ਰਾਈਵੇਟ ਹਾਥੀ ਬੰਨੇ ਹੋਏ ਨੇ ਕਾਹਤੋਂ, ਇਹ ਸਾਡਾ ਤਾਂ ਇੱਥੇ ਵੱਡਾ ਇਤਰਾਜ਼ ਹੈ, ਪਰ ਇਹ ਲੜਾਈ ਅਜੇ ਵੱਡੀ ਹੈ, ਲੜੀ ਨਹੀਂ ਜਾ ਸਕਦੀ, ਇਸ ਕਰਕੇ ਵਧੀਆਂ ਹੋਈ ਫੀਸਾਂ 'ਤੇ ਸਾਡਾ ਇਤਰਾਜ਼ ਹੈ, ਉਹ ਸਾਡੀ ਜਥੇਬੰਦੀ ਦੀ ਜਗ੍ਹਾ 'ਤੇ ਰੋਕੇ ਹੋਏ ਨੇ, 7-8 ਟੋਲ ਪਲਾਜ਼ੇ ਰੋਕੇ ਨੇ, ਅਸੀਂ ਨਿਉਟਦੇ ਜਦ ਤੱਕ ਉਹ ਵਧੀਆਂ ਫੀਸਾਂ ਵਾਪਸ ਨਹੀਂ ਲੈਂਦੇ। ਕਿਸਾਨਾਂ ਨੂੰ ਯੂਰੀਆ ਖਾਦ ਦੀ ਬੜੀ ਦਿੱਕਤ ਆ ਰਹੀ ਹੈ ਜੀ, ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਸਾਨ ਸੁਸਾਇਟੀਆਂ ਦੇ ਅੱਗੇ ਧਰਨੇ ਲਾਈ ਬੈਠੇ ਨੇ। ਦੇਖੋ, ਜਿੱਥੇ ਜਿੱਥੇ ਦਿੱਕਤ ਆਉਂਦੀ ਹੈ ਉੱਥੇ ਉੱਥੇ ਅਸੀਂ ਕਿਹਾ ਵੀ ਉੱਥੇ ਉੱਥੇ ਘੇਰ ਘਰੀਆ ਕਰ ਲਓ, ਜਿਹੜਾ ਅਧਿਕਾਰੀ ਹੈਗਾ ਉਸਨੂੰ ਘੇਰ ਲਓ, ਇਹੀ ਹੱਲ ਹੈ, ਲੜਕ ਹੀ ਮਿਲਣਾ ਸਾਰਾ ਕੁਛ। ਗੁਰਨਾਮ ਸਿੰਘ ਚੜੂਨੀ ਜਿਹੜੇ ਹੈਗੇ ਅੱਜ ਪਾਰਟੀ ਦਾ ਜਿਹੜਾ ਹੈਗਾ ਗਠਨ ਕਰ ਰਹੇ ਨੇ ਔਰ ਨਾਮ ਵੀ ਅਨਾਊਂਸ ਕਰ ਰਹੇ ਨੇ ਜੀ ਪਾਰਟੀ। ਮੈਂ ਤਾਂ ਪਹਿਲਾਂ ਕਿਹਾ ਅਧਿਕਾਰੀ ਹੈ, ਜਰਾ ਅਗਲਾ ਕਰ ਹੀ ਸਕਦਾ, ਆਪਾਂ ਨਹੀਂ ਰੋਕਦੇ। ਪ੍ਰਧਾਨ ਜੀ, ਇੱਕ ਕਿਵੇਂ ਦੇਖਦੇ ਹੋ ਜਿਹੜੇ ਕਲਾਕਾਰਾਂ ਨੇ ਬਹੁਤ ਸਾਥ ਦਿੱਤਾ ਅੰਦੋਲਨ ਦੇ ਵਿੱਚ, ਪਰ ਲੇਕਿਨ ਹੁਣ ਉਹ ਵੀ ਆਪਣੀ ਜਿਹੜੀ ਪਾਰਟੀ ਬਣਾਉਣ ਲੱਗੇ ਨੇ? ਕਿਸੇ ਇੱਕ ਤਬਕੇ ਨੂੰ ਕਿਉਂ ਕਹਿਣ, ਇਹੋ ਜਿਹਾ ਕੋਈ ਤਬਕਾ ਗੜਿਆਂ ਦੀ ਜਿਹਨੇ ਸਾਥ ਨਹੀਂ ਦਿੱਤਾ, ਕਿਉਂ ਇਕੱਲੇ ਕਲਾਕਾਰਾਂ ਦੀ ਕਿਉਂ ਜੀ, ਤੁਸੀਂ ਨਹੀਂ ਸਾਥ ਦਿੱਤਾ ਜੀ, ਮੀਡੀਆ ਵਾਲੇ ਆਏ ਨਹੀਂ, ਨਾਲ ਆੜਤੀ ਨੇ, ਨਾਲੇ ਛੋਟੇ ਦੁਕਾਨਦਾਰ, ਨਾਲੇ ਟੈਂਪੂ ਯੂਨੀਅਨ, ਟੈਕਟਰੀ ਯੂਨੀਅਨ, ਮਜ਼ਦੂਰ ਸਾਰੇ, ਕੌਣ ਤਬਕਾ ਕਿਹੜਾ ਜਿਹੜਾ ਰਹਿ ਗਿਆ? ਕਿਸੇ ਇੱਕ, ਅਸੀਂ ਤਾਂ ਇਹ ਨਹੀਂ ਕਹਿੰਦੇ ਵੀ ਸਾਨੂੰ ਨਾ ਕਹੋ ਤੁਸੀਂ ਵੀ ਕਿਸਾਨ ਜਥੇਬੰਦੀਆਂ ਨੇ ਘੋਲ ਜਿੱਤ ਲਿਆ, ਅਸੀਂ ਤਾਂ ਕਹਿੰਦੇ ਲੋਕਾਂ ਦਾ ਘੋਲ ਸੀ, ਲੋਕਾਂ ਨੇ ਜਿੱਤ ਲਿਆ। ਜਿਹੜੀਆਂ 22 ਦੀਆਂ ਚੋਣਾਂ ਨੇ ਜੀ, ਇਸ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਸਰਕਾਰ ਬਣੇਗੀ ਤਾਂ ਉਸਦੇ ਉੱਪਰ ਜਿਹੜੀ ਹੈਗੀ ਆ ਕਿਸਾਨ ਅੰਦੋਲਨ ਦੀ ਜਿਹੜੀ ਜਿੱਤ ਆ ਉਹ ਭਾਰੂ ਪਊਗੀ? ਕੋਈ ਵੀ ਬਣ ਜੇ ਗੋਡਾ ਰੱਖਾਂਗੇ ਉੱਤੇ, ਉਹਦੀ ਖਾਤਰ ਤਾਂ ਖੜ੍ਹੇ ਹਾਂ ਅਸੀਂ, ਤਾਂ ਹੀ ਤਾਂ ਚੋਣ ਨਹੀਂ ਲੜਦੇ। ਟਰੈਕਟਰ ਸੌਂਪਿਆ, ਕਿਸ ਕਿਸਾਨ ਨੂੰ ਟਰੈਕਟਰ ਸੌਂਪਿਆ, ਕਿਸ ਤਰ੍ਹਾਂ ਇਹ ਕਿਸ ਮਕਸਦ ਦੇ ਲਈ ਜਿਹੜਾ ਟਰੈਕਟਰ ਸੌਂਪਿਆ ਤੁਸੀਂ? ਇਹ ਜੀ ਟਰੈਕਟਰ ਸਰਦਾਰ ਸੱਜੂ ਸਿੰਘ ਦੀਪਾਪਤੀ, ਇਹਨੇ ਸਾਨੂੰ ਅੰਦੋਲਨ ਲੜਦਿਆਂ ਦਿੱਲੀ ਵੱਲ ਆਪਣਾ ਟਰੈਕਟਰ ਦਿੱਤਾ ਸੀ। ਸਭ ਤੋਂ ਪਹਿਲਾਂ ਇੱਕ ਹੋਰ ਵੀ ਟਰੈਕਟਰ ਖੜ੍ਹੇ ਰਹੇ, ਉਸ ਤੋਂ ਬਾਅਦ ਜਦ ਟਰੈਕਟਰ ਦੀ ਸਾਨੂੰ ਲੋੜ ਪਈ ਤਾਂ ਛੱਜੂ ਸਿੰਘ ਨੇ ਆਪਣਾ ਟਰੈਕਟਰ ਪਿੰਡ ਦਿੜਬੇ ਦੇ ਵਿੱਚੋਂ 1 ਸਾਲ ਭਰ ਉੱਥੇ ਰੱਖਿਆ। ਉਹ ਟਰੈਕਟਰ ਅੱਜ ਅਸੀਂ ਸੰਗਤਾਂ ਨੇ
ਉਹਦੀ ਤਿਆਰ ਕਰਾ ਕੇ ਇੱਕ ਨਵਾਂ ਬਹੁਤ ਵਧੀਆ ਬਣਵਾ ਕੇ ਉਹਨੂੰ ਸਾਰੀਆਂ ਸੰਗਤਾਂ ਨੇ ਸੱਜੂ ਸਿੰਘ ਨੂੰ ਦੁਬਾਰਾ ਉਹਨੂੰ ਵਾਪਸ ਕਰਨਾ ਹੈ। ਕਿਹੋ ਜਿਹੀ ਕੰਡੀਸ਼ਨ ਸੀ ਉਦੋਂ ਟਰੈਕਟਰ ਜੋ ਤੁਹਾਨੂੰ ਦਿੱਤਾ ਸੀ, ਅੱਜ ਕੀ ਕੰਡੀਸ਼ਨ ਹੈ? ਉਸ ਵਕਤ ਇਸ ਟਰੈਕਟਰ ਦੀ ਜਿਹੜੀ ਕੰਡੀਸ਼ਨ ਦੀ ਬਹੁਤ ਖਾਸਤਾ ਸੀ, ਹਲਕੀ ਸੀ। ਹੁਣ ਇਹਨਾਂ ਦੇ ਪਿੰਡ ਦੇ ਲੋਕਾਂ ਨੇ ਖੁਸ਼ੀ ਦੇ ਮਾਹੌਲ ਦੇ ਵਿੱਚ, ਅੰਦੋਲਨ ਦੀ ਜਿੱਤ ਦੇ ਵਿੱਚ ਦੁਬਾਰਾ ਇਸ ਟਰੈਕਟਰ ਨੂੰ ਤਿਆਰ ਕਰਵਾ ਕੇ ਸੱਜੂ ਸਿੰਘ ਨੂੰ ਅੱਜ ਬਾਬਾ ਵੈਰਸੈਣਾ ਸਾਹਿਬ ਖੰਡਪਾੜ ਦੇ ਭੋਗ ਪਏ ਹਨ, ਉਸ ਜਗ੍ਹਾ 'ਤੇ ਅੱਜ ਫਿਰ ਇਹਨੂੰ ਅਸੀਂ ਧੰਨਵਾਦ ਇਹਦਾ ਸ਼ੁਕਰੀਆ ਦਾ ਪਿੰਡ ਵੱਲੋਂ ਕਰਕੇ ਅੱਜ ਇਹਨੂੰ ਦਾ ਟਰੈਕਟਰ ਇਹਨੂੰ ਵਾਪਸ ਦੇ ਰਿਹਾ ਜੀ। ਕਿਹੜਾ ਟਰੈਕਟਰ ਹੈ ਜੀ? ਇਹ 2511 ਟਰੈਕਟਰ, ਜੀਟਰ ਟਰੈਕਟਰ ਹੈ ਜੀ। ਹਾਂਜੀ, ਰਾਜ ਸਿੰਘ ਜੀ। ਰਾਜ ਸਿੰਘ ਜੀ, ਜੋ ਅੱਜ ਟਰੈਕਟਰ ਦੇ ਰਹੇ ਹੈਗੇ ਉਹ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਜੀ ਸਾਰੇ ਹੀ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਕਰਦੇ ਹਾਂ। ਤੁਹਾਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜੋ ਟਰੈਕਟਰ ਇਸ ਵੀਰ ਨੇ ਛੱਜੂ ਸਿੰਘ ਨੇ ਸਾਨੂੰ ਦਿੱਤਾ ਸੀ, ਇਸ ਨੇ ਬਹੁਤ ਧੰਨਵਾਦ ਇਹਦਾ। ਅਤੇ ਉਦੋਂ ਬਾਅਦ ਫਿਰ ਜਦ ਅਸੀਂ ਨੇ ਹੁਣ ਤਿਆਰ ਵੀ ਕਰਵਾਇਆ ਤਾਂ ਸ਼ੇਰਾ ਸਿੰਘ ਮਿਸਤਰੀ ਨੇ ਕਰਕੇ ਦਿੱਤਾ ਤਿਆਰ, ਉਹਨੇ ਵੀ ਕੋਈ ਪੈਸਾ ਨਹੀਂ ਲਿਆ। ਫਿਰ ਇੱਕ ਨਾਲ ਪੇਟਰ ਨੇ ਰੰਗ ਕਰਕੇ ਦਿੱਤਾ ਹੈ, ਉਹਨੇ ਵੀ ਕੋਈ ਉਹ ਨਹੀਂ ਕਰਿਆ, ਪੂਰੀ ਸੇਵਾ ਕਰੀ ਹੈ। ਬਹੁਤ ਬਹੁਤ ਇਹਦਾ ਧੰਨਵਾਦ।